ਬਗਾਵਤ ਦੇ ਵਿਚਾਲੇ ਅਕਾਲੀ ਦਲ ਦਾ ਵੱਡਾ ਐਲਾਨ। ਜਲੰਧਰ 'ਚ ਬਸਪਾ ਉਮੀਦਵਾਰ ਨੂੰ ਦਿੱਤਾ ਸਮਰਥਨ, ਆਪਣੀ ਉਮੀਦਵਾਰ ਸੁਰਜੀਤ ਕੌਰ ਤੋਂ ਕੀਤਾ ਕਿਨਾਰਾ। ਬਾਗੀ ਧੜਾ ਬੋਲਿਆ, ਮੈਦਾਨ 'ਚੋਂ ਭੱਜ ਜਾਣਾ ਚੰਗੀ ਗੱਲ। ਮੁੱਖ ਮੰਤਰੀ ਮਾਨ ਦਾ ਅਕਾਲੀ ਦਲ 'ਤੇ ਤੰਜ, ਕਿਹਾ ਤੱਕੜੀ ਚੋਣ ਨਿਸ਼ਾਨ ਕਿਸੇ ਹੋਰ ਕੋਲ, ਸੁਖਬੀਰ ਬਾਦਲ ਕਿਸੇ ਹੋਰ ਲਈ ਕਰਨਗੇ ਪ੍ਰਚਾਰ, ਰੱਬ ਬੜਾ ਬਲਵਾਨ ਹੈ। ਬਾਗੀ ਧੜੇ ਦਾ ਐਲਾਨ, ਸਾਡੇ 'ਚੋਂ ਕੋਈ ਨਹੀਂ ਬਣਨਾ ਚਾਹੁੰਦਾ ਪ੍ਰਧਾਨ। ਅਕਾਲੀ ਦਲ ਦਾ ਜਵਾਬ, ਬਾਗੀ ਧੜੇ 'ਚ ਸਾਰੇ ਹੀ ਬਣਨਾ ਚਾਹੁੰਦੇ ਨੇ ਪ੍ਰਧਾਨ, ਕੋਈ ਨਹੀਂ ਕਰਨੀ ਚਾਹੁੰਦਾ ਨਿਸ਼ਕਾਮ ਸੇਵਾ। ਬਾਗੀ ਧੜੇ ਨੇ ਪੀਐਮ ਮੋਦੀ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ 'ਤੇ ਚੱਕੇ ਸਵਾਲ ਤਾਂ ਅਕਾਲੀ ਦਲ ਦਾ ਜਵਾਬ, ਵੱਡੇ ਬਾਦਲ ਪ੍ਰਤੀ ਪੀਐਮ ਵੱਲੋਂ ਦਿਖਾਏ ਸਤਿਕਾਰ ਦਾ ਸ਼ੁਕਰੀਆ ਕਰਨ ਗਏ ਸੀ ਸੁਖਬੀਰ ਬਾਦਲ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ, ਜੇ ਅੰਗੁਰਾਲ ਜਿੱਤੇ ਜਲੰਧਰ ਪੱਛਮੀ ਚੋਣ ਤਾਂ ਸੀਐਮ ਨਹੀਂ ਰਹਿਣਗੇ ਭਗਵੰਤ ਮਾਨ, ਕੇਜਰੀਵਾਲ ਮੰਗਣਗੇ 13 ਸੀਟਾਂ ਦਾ ਹਿੱਸਾ। ਆਮ ਆਦਮੀ ਪਾਰਟੀ ਦਾ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਵੱਡਾ ਇਲਜ਼ਾਮ, ਕਿਹਾ ਕਈ ਅਪਰਾਧਿਕ ਕੰਮਾਂ 'ਚ ਅੰਗੁਰਾਲ ਰਹੇ ਨੇ ਸ਼ਾਮਿਲ, ਉਹ ਦੱਸਣ ਕਿ ਹਲਕੇ ਲਈ ਕਿਹੜਾ ਕੰਮ ਕਰਵਾਇਆ। ਜਲੰਧਰ ਵੈਸਟ ਤੋਂ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੀ ਆਪ 'ਤੇ ਤਿੱਖਾ ਨਿਸ਼ਾਨਾ, ਬੋਲੇ 10 ਜੁਲਾਈ ਤੋਂ ਬਾਅਦ ਸੀਐਮ ਮਾਨ ਨੂੰ ਵਾਪਸ ਭੇਜਣਗੇ ਵੋਟਰ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਆਪਣੇ ਹੀ ਪਿਤਾ ਹਨ ਬੀਜੇਪੀ ਦਾ ਹਿੱਸਾ। ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਅਰਚਨਾ ਦਾ ਵੱਡਾ ਬਿਆਨ, ਕਿਹਾ ਪੰਜਾਬ ਪੁਲਿਸ ਤੁਰੰਤ ਰੱਦ ਕਰੇ FIR, ਨਹੀਂ ਤਾਂ ਕੇਸ ਲੜਨ ਲਈ ਹਾਂ ਪੂਰੀ ਤਰ੍ਹਾਂ ਤਿਆਰ। ਦਰਬਾਰ ਸਾਹਿਬ ਦੇ ਸੇਵਾਦਾਰਾਂ ਨੂੰ ਲੈ ਕੇ ਵੀ ਚੱਕੇ ਸਵਾਲ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 7 ਵਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜ਼ਿਕਰ ਅਕਾਲੀ ਦਲ ਦਾ ਦੀ ਬਗਾਵਤ ਦਾ ਹੋ ਰਿਹਾ, ਔਰ ਉਸ ਬਗਾਵਤ ਦੇ ਵਿਚਾਲੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ, ਜਾਂ ਕਹੀਏ ਨਿਸ਼ਾਨੇ ਸਾਧੇ ਜਾ ਰਹੇ ਨੇ। ਸੀਐਮ ਭਗਵੰਤ ਮਾਨ, ਜਿਨ੍ਹਾਂ ਨੇ ਹਾਲੇ ਤੱਕ ਅਕਾਲੀ ਦਲ ਦੀ ਬਗਾਵਤ 'ਤੇ ਕੋਈ ਸ਼ਬਦ ਨਹੀਂ ਬੋਲਿਆ ਸੀ। ਸੀਐਮ ਭਗਵੰਤ ਮਾਨ ਅਕਸਰ ਅਕਾਲੀ ਦਲ 'ਤੇ ਨਿਸ਼ਾਨੇ ਲਾਉਂਦੇ ਰਹਿੰਦੇ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਅਕਾਲੀ ਦਲ ਦੇ ਵਿੱਚ ਇਹ ਕਸ਼ਮਕਸ਼ ਚੱਲ ਰਹੀ ਹੈ, ਉਦੋਂ ਤੋਂ ਸੀਐਮ ਭਗਵੰਤ ਮਾਨ ਨੇ ਕੋਈ ਬਿਆਨ ਨਹੀਂ ਦਿੱਤਾ, ਪਰ ਅੱਜ ਸੀਐਮ ਭਗਵੰਤ ਮਾਨ ਨੇ ਅਕਾਲੀ ਦਲ 'ਤੇ ਤੰਜ ਕੱਸਿਆ ਹੈ। ਜਿਸ ਵੇਲੇ ਅਕਾਲੀ ਦਲ ਨੇ ਇਹ ਐਲਾਨ ਕੀਤਾ ਕਿ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਉਹ ਬਸਪਾ ਉਮੀਦਵਾਰ ਦੀ ਮਦਦ ਕਰਨਗੇ, ਤਾਂ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਇੱਕ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ, ਇੱਕ ਟਵੀਟ ਦੇ ਜ਼ਰੀਏ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਲਿਖਿਆ ਕਿ ਅਕਾਲੀ ਦਲ ਦੀ ਹਾਲਤ ਦੇਖੋ, ਜਲੰਧਰ 'ਚ ਤੱਕੜੀ ਕਿਸੇ ਹੋਰ ਕੋਲ ਹੈ ਅਤੇ ਸੁਖਬੀਰ ਬਾਦਲ ਕਿਸੇ ਹੋਰ ਲਈ ਪ੍ਰਚਾਰ ਕਰਨਗੇ। ਸੀਐਮ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਕਿ ਕੀ ਸੁਖਬੀਰ ਬਾਦਲ ਬਸਪਾ ਦੇ ਲਈ ਰੈਲੀਆਂ ਕਰਨਗੇ। ਉਹਨਾਂ ਇਹ ਵੀ ਲਿਖਿਆ ਕਿ ਰੱਬ ਬੜਾ ਬਲਵਾਨ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ, ਤੱਕੜੀ ਕਿਸੇ ਹੋਰ ਉਮੀਦਵਾਰ ਕੋਲ, ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ 'ਚ, ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ। ਸੁਖਬੀਰ ਬਾਦਲ ਜੀ, ਤੁਸੀਂ ਬਸਪਾ ਦੇ ਹੱਕ 'ਚ ਜਲੰਧਰ ਰੈਲੀਆਂ ਕਰੋਗੇ, ਇਹ ਪੁੱਛਿਆ ਹੈ। ਬਿਲਕੁਲ ਵੀ ਨਹੀਂ, ਰੱਬ ਬੜਾ ਬਲਵਾਨ ਹੈ, ਇਹ ਟਵੀਟ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ। ਔਰ ਉਹਨਾਂ ਨੇ ਇਹ ਟਵੀਟ ਕਰਕੇ ਸਿੱਧਾ ਸਿੱਧਾ ਅਕਾਲੀ ਦਲ 'ਤੇ ਇਹ ਕਹਿ ਕੇ ਤੰਜ ਕੱਸਿਆ ਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਸੁਰਜੀਤ ਕੌਰ ਹੋਰਾਂ ਕੋਲ ਹੀ ਹੈ, ਪਰ ਅਕਾਲੀ ਦਲ ਹੁਣ ਕਿਸੇ ਦੂਸਰੇ ਉਮੀਦਵਾਰ ਦੀ ਸਪੋਰਟ ਕਰ ਰਿਹਾ। ਟਵੀਟ ਦੇ ਵਿੱਚ
ਸੀਐਮ ਭਗਵੰਤ ਮਾਨ ਲਿਖ ਰਹੇ ਨੇ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ, ਤਕੜੀ ਕਿਸੇ ਹੋਰ ਉਮੀਦਵਾਰ ਕੋਲ, ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ 'ਚ, ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ। ਸੁਖਬੀਰ ਜੀ, ਤੁਸੀਂ ਬਸਪਾ ਦੇ ਹੱਕ 'ਚ ਜਲੰਧਰ ਰੈਲੀਆਂ ਕਰੋਗੇ? ਬਿਲਕੁਲ ਵੀ ਨਹੀਂ, ਰੱਬ ਬੜਾ ਬਲਵਾਨ ਹੈ। ਇਹ ਟਵੀਟ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ। ਅਕਾਲੀ ਦਲ ਨੇ ਐਲਾਨ ਕੀਤਾ ਅੱਜ ਕਿ ਉਹ ਬਸਪਾ ਉਮੀਦਵਾਰ ਨੂੰ ਸਪੋਰਟ ਕਰਨਗੇ, ਕਿਉਂਕਿ ਕੱਲ੍ਹ ਤੱਕ ਇਹ ਕੋਸ਼ਿਸ਼ ਰਹੀ ਕਿ ਆਪਣਾ ਉਮੀਦਵਾਰ ਜਿਹੜਾ ਹੈ ਉਹ ਨਾਮ ਵਾਪਸ ਲੈ ਲੈਣ, ਪਰ ਸੁਰਜੀਤ ਕੌਰ ਇਸ ਗੱਲ 'ਤੇ ਅੜੇ ਰਹੇ। ਸੁਰਜੀਤ ਕੌਰ ਨੇ ਨਾਮ ਵਾਪਸ ਨਹੀਂ ਲਿਆ, 3 ਵਜੇ ਤੱਕ ਦਾ ਸਮਾਂ ਸੀ, ਉਸ ਤੋਂ ਬਾਅਦ ਨੋਮੀਨੇਸ਼ਨ ਵਾਪਸ ਲੈਣ ਦਾ ਜਿਹੜਾ ਵਕਤ ਸੀ ਉਹ ਖਤਮ ਹੋ ਗਿਆ, ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਅੱਜ ਇਹ ਫੈਸਲਾ ਕੀਤਾ ਕਿ ਬਸਪਾ ਦੇ ਉਮੀਦਵਾਰ ਜਿਹੜੇ ਨੇ ਬਿੰਦਰ ਲੱਖਾ, ਉਹਨਾਂ ਨੂੰ ਅਕਾਲੀ ਦਲ ਸਪੋਰਟ ਕਰੇਗਾ। ਸੋ BSP ਦੇ ਉਮੀਦਵਾਰ ਨੇ ਜਲੰਧਰ ਵੈਸਟ ਤੋਂ ਬਿੰਦਰ ਲੱਖਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ। ਬਿੰਦਰ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਅਕਾਲੀ ਦਲ ਦੇ ਇਸ ਐਲਾਨ ਨੂੰ ਸਭ ਤੋਂ ਪਹਿਲਾਂ? ਹਾਂਜੀ ਹੈਲੋ, ਹਾਂਜੀ ਬਿੰਦਰ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਅਕਾਲੀ ਦਲ ਦੇ ਇਸ ਐਲਾਨ ਨੂੰ, ਤੁਹਾਡੀ ਸਪੋਰਟ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਅੱਜ? ਉਹ ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਬਿੰਦਰ ਜੀ, ਮੇਰੀ ਆਵਾਜ਼ ਮਿਲ ਪਾ ਰਹੀ ਹੈ? ਅਗਰ 1 ਮਿੰਟ ਗੱਲ ਕਰ ਸਕੋ ਤਾਂ। ਹਾਂਜੀ ਹਾਂਜੀ ਹਾਂਜੀ, ਮੈਂ ਗੱਲ ਕਰ ਰਿਹਾ ਹਾਂ। ਹਾਂਜੀ, ਮੈਂ ਇਹ ਸਵਾਲ ਪੁੱਛ ਰਿਹਾ ਕਿ ਅੱਜ ਅਕਾਲੀ ਦਲ ਨੇ ਤੁਹਾਡੀ ਸਪੋਰਟ ਕੀਤੀ ਹੈ ਸਿੱਧਾ ਸਿੱਧਾ ਆਪਣੇ ਉਮੀਦਵਾਰ ਨੂੰ ਛੱਡ ਕੇ, ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਨੂੰ? ਦੇਖੋ, ਸਾਨੂੰ ਲੱਗਦਾ ਆ ਵੀ ਅਸੀਂ ਅਕਾਲੀ ਦਲ ਨੂੰ ਪਤਾ ਸੀ ਤੇ ਅਸੀਂ ਸੀਟ ਵੱਲ ਵੱਧ ਰਹੇ ਹਾਂ, ਜਿੱਤਣ ਦੀ ਪੋਜੀਸ਼ਨ ਦੇ ਵਿੱਚ ਹਾਂ, ਤੇ ਇਸ ਕਰਕੇ ਮਤਲਬ ਵੀ ਉਹਨਾਂ ਨੇ ਲੱਗਾ ਵੀ ਜੇ ਜਿੱਤਣ ਵਾਲੇ ਬੰਦੇ ਨੂੰ ਅਸੀਂ ਸਮਰਥਨ ਕਰਦੇ ਹਾਂ। ਜਬਰਦਸਤੀ ਮਤਲਬ ਕੈਂਡੀਡੇਟ ਥੱਪ ਦਿੱਤਾ ਸਾਡੀ ਪਹਿਲਾਂ, ਮਤਲਬ ਉਹਨਾਂ ਨੇ ਕਹਿ ਸੀ ਅਸੀਂ ਤੁਹਾਨੂੰ ਸਮਰਥਨ ਕਰ ਦਿੰਦੇ, ਅਸੀਂ ਇਸ ਸੀਟ ਤੇ ਨਹੀਂ ਲੜਨਾ, ਤੇ ਉਹਨੇ ਕਹਿ ਸੀ ਅਸੀਂ ਸੀਟ ਤੇ ਨਹੀਂ ਲੜਨਾ, ਤੇ ਉਹ ਮਤਲਬ ਉਹਨਾਂ ਨੇ ਜਿਹੜੇ ਲੋਕਲ ਲੀਡਰ ਸੀ ਉਹਨਾਂ ਨੇ ਆਪਣੀ ਮਰਜ਼ੀ ਕੀਤੀ, ਇਸ ਕਰਕੇ ਉਹਦੇ ਵਿੱਚ ਵਿਰੋਧ ਉੱਠਿਆ ਤੇ ਅਕਾਲੀ ਦਲ ਨੇ ਫੈਸਲਾ ਜਿਹੜਾ ਲਿਆ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਜਿਹਨੇ ਮਤਲਬ ਵਾਪਸ ਨਹੀਂ ਮੰਨੀ, ਤੇ ਫਿਰ ਅਕਾਲੀ ਦਲ ਨੇ ਉਹਨਾਂ ਨਾਲ ਆਪਣਾ ਨਾਤਾ ਤੋੜ ਕੇ ਸਾਨੂੰ ਜਿਹੜਾ ਸਮਰਥਨ ਕੀਤਾ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅੱਛਾ ਲੱਖਾ ਜੀ, ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਨਾਲ ਤੁਹਾਡੇ ਸੰਬੰਧ ਬਹੁਤੇ ਚੰਗੇ ਨਹੀਂ ਰਹੇ, ਬਹੁਜਨ ਸਮਾਜ ਪਾਰਟੀ ਦੇ, ਕਿਉਂਕਿ ਪਹਿਲਾਂ ਗੱਠਜੋੜ ਸੀ, ਉਸ ਤੋਂ ਬਾਅਦ ਗੱਠਜੋੜ ਟੁੱਟ ਗਿਆ। ਤੁਹਾਡੇ ਪ੍ਰਧਾਨ ਜਸਵੀਰ ਸਿੰਘ ਗੜੀ ਹੋਰਾਂ ਨੇ ਇਹ ਗੱਲ ਸਾਫ਼ ਤੌਰ 'ਤੇ ਕਹੀ ਕਿ ਅਕਾਲੀ ਦਲ ਹੁਣ ਹੋਰ ਪਾਸੇ ਪਰ ਤੋਲ ਰਿਹਾ, ਇਸ ਕਰਕੇ ਅਸੀਂ ਅਫੋਰਡ ਨਹੀਂ ਕਰਦੇ, ਅਸੀਂ ਆਪਦਾ ਕਿਨਾਰਾ ਕਰਦੇ ਹਾਂ। ਸੋ ਹੁਣ ਉਸ ਕਵਾਇਦ ਨੂੰ ਕਿਵੇਂ ਦੇਖਦੇ ਹੋ, ਕੀ ਸਮਝਦੇ ਤੁਸੀਂ, ਇਹ ਦਿਲੋਂ ਕੀਤੀ ਹਿਮਾਇਤ ਹੈ ਜਾਂ ਮਜਬੂਰੀ ਦੀ ਹਿਮਾਇਤ ਹੈ? ਦੇਖੋ, ਇਹ ਤਾਂ ਉਹਨਾਂ ਨੇ ਦਿਲੋਂ ਕੀਤੀ ਆ, ਏਦਾਂ ਸੀਗਾ ਪਹਿਲਾਂ ਵੀ ਜਿਹੜੀ ਅਕਾਲੀ ਦਲ ਦੀ ਉੱਪਰਲੀ ਲੀਡਰਸ਼ਿਪ ਸੀ ਉਹ ਜਿਹੜੇ ਥੱਲੇ ਦੀ ਲੋਕਲ ਲੀਡਰਸ਼ਿਪ ਸੀ ਉਹਨਾਂ ਨੂੰ ਗੁੰਮਰਾਹ ਕਰਦੀ ਸੀਗੀ, ਗੁੰਮਰਾਹ ਕਰਨ ਦੇ ਨਾਲ ਹੀ ਮਤਲਬ ਜਿਹੜਾ ਨਾਤਾ ਸਾਡਾ ਜਿਹੜਾ ਆ ਉਹ ਵਿੱਚ ਕੋਈ ਪ੍ਰੇਰਣਾ ਆਈ ਆ, ਤੇ ਉਹ ਹੁਣ ਜਿਹੜੇ ਗੁੰਮਰਾਹ ਕਰਨ ਜਿਹੜੇ ਲੀਡਰ ਸੀਗੇ ਲੋਕਲ ਲੀਡਰ ਉਹ ਹੁਣ ਸਾਫ਼ ਖੁੱਲ ਕੇ ਬਾਹਰ ਆ ਗਏ। ਹਾਂਜੀ, ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਲੋਕਲ ਲੀਡਰਸ਼ਿਪ ਪਹਿਲਾਂ ਹੀ ਚਾਹੁੰਦੀ ਸੀ ਕਿ ਤੁਹਾਡੀ ਸਪੋਰਟ ਕੀਤੀ ਜਾਵੇ? ਹਾਂਜੀ ਹਾਂਜੀ।
ਚਲੋ ਠੀਕ ਹੈ, ਸ਼ੁਕਰੀਆ ਬਿੰਦਰ ਜੀ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਕਰਨ ਦੇ ਲਈ। ਬਿੰਦਰ ਲਾਖਾ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਨੇ ਔਰ ਇਸ ਸਪੋਰਟ ਦਾ ਉਹਨਾਂ ਨੇ ਸਵਾਗਤ ਕੀਤਾ ਔਰ ਉਹਨਾਂ ਕਿਹਾ ਕਿ ਪਹਿਲਾਂ ਹੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਉਹਨਾਂ ਦੀ ਸਪੋਰਟ ਕਰਨਾ ਚਾਹੁੰਦੀ ਸੀ, ਪਰ ਕੁਝ ਲੀਡਰਾਂ ਨੇ ਗੁੰਮਰਾਹ ਕਰਕੇ ਸੁਰਜੀਤ ਕੌਰ ਨੂੰ ਉਮੀਦਵਾਰ ਬਣਵਾ ਦਿੱਤਾ। ਸੁਰਜੀਤ ਕੌਰ ਬੇਸ਼ੱਕ ਹੁਣ ਵੀ ਉਮੀਦਵਾਰ ਨੇ ਔਰ ਸੁਰਜੀਤ ਕੌਰ ਆਪਣੇ ਤੌਰ 'ਤੇ ਅਪੀਲ ਕਰ ਰਹੇ ਨੇ ਕਿ ਮੇਰੇ ਕੋਲ ਪੈਸਾ ਨਹੀਂ, ਲੜਨ ਲਈ ਮੇਰੀ ਮਦਦ ਕੀਤੀ ਜਾਵੇ। ਉਹਨਾਂ ਨੇ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਖਾਲਸਾ, ਸਿਮਰਨਜੀਤ ਸਿੰਘ ਮਾਨ ਇਹਨਾਂ ਧਿਰਾਂ ਤੋਂ ਵੀ ਅਪੀਲ ਕੀਤੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਸਾਥ ਦੇਣ, ਪਰ ਅਕਾਲੀ ਦਲ ਨੇ ਆਪਣਾ ਹੱਥ ਖਿੱਚ ਲਿਆ। ਅਕਾਲੀ ਦਲ ਵੱਲੋਂ ਸੁਰਜੀਤ ਕੌਰ ਹੋਰਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਲੈਣ ਕਿਉਂਕਿ ਪਾਰਟੀ ਉਹਨਾਂ ਨੂੰ ਸਪੋਰਟ ਨਹੀਂ ਕਰਦੀ, ਪਰ ਸੁਰਜੀਤ ਕੌਰ ਇਸ ਗੱਲ 'ਤੇ ਅੜੇ ਰਹੇ ਕਿ ਅਸੀਂ ਇਹ ਇਲੈਕਸ਼ਨ ਲੜਾਂਗੇ। ਸੋ ਸੁਰਜੀਤ ਕੌਰ ਇਸ ਗੱਲ 'ਤੇ ਅੜੇ ਰਹੇ ਔਰ ਹਾਲੇ ਵੀ ਉਹ ਇਲੈਕਸ਼ਨ ਮੈਦਾਨ ਦੇ ਵਿੱਚ ਨੇ, ਚੋਣ ਮੈਦਾਨ ਦੇ ਵਿੱਚ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਇਹ ਚੋਣ ਲੜਾਂਗੀ, ਪਰ ਅਕਾਲੀ ਦਲ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਔਰ ਇਸ ਸਭ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਔਰ ਬਾਗੀ ਧੜੇ ਦੇ ਵਿੱਚ ਜੋ ਵਾਰ ਪਲਟਵਾਰ ਦਿਨ ਭਰ ਚੱਲਦੇ ਰਹੇ, ਪੂਰਾ ਦਿਨ ਇਹ ਕਵਾਇਦ ਚੱਲਦੀ ਰਹੀ ਇੱਕ ਦੂਜੇ 'ਤੇ ਨਿਸ਼ਾਨੇ ਲਾਉਣ ਦੀ ਔਰ ਸ਼ਾਮ ਤੱਕ ਉਸ ਦੇ ਵਿੱਚ ਅਕਾਲੀ ਦਲ ਵੱਲੋਂ ਇਹ ਐਲਾਨ ਆ ਗਿਆ ਕਿ ਉਹ ਬਸਪਾ ਉਮੀਦਵਾਰ ਦੀ ਸਪੋਰਟ ਕਰਦੇ ਨੇ, ਪਰ ਹੋਰ ਵੀ ਬਹੁਤ ਸਾਰੀਆਂ ਇਲਜ਼ਾਮ ਤਰਾਸ਼ੀਆਂ ਇੱਕ ਦੂਸਰੇ 'ਤੇ ਕੀਤੀਆਂ ਗਈਆਂ। ਸੋ ਦਿਨ ਭਰ ਕੀ ਘਟਨਾਕ੍ਰਮ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਬਾਗੀ ਧੜੇ ਦੇ ਆਗੂਆਂ ਦੇ ਵਿਚਾਲੇ, ਉਸ ਬਾਰੇ ਇੱਕ ਰਿਪੋਰਟ ਦਿਖਾਓ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੀ ਜੰਗ ਭੱਕ ਗਈ ਹੈ। ਅਕਾਲੀ ਦਲ ਨੇ ਆਪਣੀ ਉਮੀਦਵਾਰ ਸੁਰਜੀਤ ਕੌਰ ਨੂੰ ਸਮਰਥਨ ਦੇਣ ਤੋਂ ਕਿਨਾਰਾ ਕਰ ਲਿਆ, ਜਿਸ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮੰਦਭਾਗਾ ਦੱਸਿਆ ਤੇ ਪੁੱਛਿਆ ਕਿ ਆਪਣੇ ਉਮੀਦਵਾਰ ਨਾਲ ਕਿਹੜੀ ਪਾਰਟੀ ਅਜਿਹਾ ਕਰਦੀ ਹੈ। ਜਿਹੜਾ ਸਧਾਰਨ ਗਰੀਬ ਅਕਾਲੀ ਦਲ ਦਾ ਪਰਿਵਾਰ ਹੋਵੇ ਉਹਦਾ ਤੁਸੀਂ ਇਹ ਅਸਰ ਕਰੋ ਤੇ ਦੱਸੋ ਤੁਸੀਂ ਤੁਹਾਨੂੰ ਕੀ ਫਿਰ ਆਪਣੀ ਜਿਹੜੀ ਹੈਗੀ ਆ ਤੁਹਾਡੇ ਕੋਲ ਕਿਹੜੀ ਜ਼ਿੰਮੇਵਾਰੀ ਅਕਾਲੀ ਦਲ ਦੀ। ਤੁਸੀਂ ਇੱਕ ਪਾਸੇ ਅਕਾਲੀ ਦਲ ਦਾ ਸਾਰੀ ਜ਼ਿੰਮੇਵਾਰੀ ਸੰਭਾਲ ਰਹੇ ਹੋ, ਅਕਾਲੀ ਦਲ ਦਾ ਜਿਹੜੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ, ਤੇ ਦੂਜੇ ਪਾਸੇ ਤੁਸੀਂ ਉਸ ਇੱਕ ਆਪਣੀ ਸਧਾਰਨ ਪਰਿਵਾਰ ਦੇ ਨਾਲ ਇੰਨਾ ਧੋਖਾ ਕਰਦੇ ਹੋ, ਇੰਨੀ ਬੇਇਨਸਾਫੀ ਕਰਦੇ ਹੋ। ਅਸੀਂ ਅਫੀਸ਼ਲੀ ਅਨਾਊਂਸ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਆਪਣਾ ਕੋਈ ਅਧਿਕਾਰਿਤ ਉਮੀਦਵਾਰ ਨਹੀਂ। ਅਸੀਂ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਹੈ ਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਅਧਿਕਾਰਿਤ ਉਮੀਦਵਾਰ ਹੈ ਉਹਨੂੰ ਅਸੀਂ ਸਪੋਰਟ ਕਰਨਾ। ਉਧਰ ਪਾਰਟੀ ਵੱਲੋਂ ਸਾਥ ਛੱਡਣ ਤੋਂ ਨਾਰਾਜ਼ ਸੁਰਜੀਤ ਕੌਰ ਨੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਤੇ ਪਾਰਟੀ ਦੇ ਆਗੂਆਂ ਤੇ ਫਰਜ਼ੀ ਕਾਗਜ਼ ਪੇਸ਼ ਕਰਕੇ ਆਪਣੀ ਨਾਮਜ਼ਦਗੀ ਵਾਪਸ ਕਰਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਤੇ ਉਹਨਾਂ ਦੇ ਖਿਲਾਫ ਕੇਸ ਤੱਕ ਦਰਜ ਕਰਵਾਉਣ ਦੀ ਚੇਤਾਵਨੀ ਦਿੱਤੀ। ਦੇਖੋ ਜੀ, ਜਾਲੀ ਐਪਲੀਕੇਸ਼ਨ ਲਿਖ ਕੇ ਨਾ ਆਪਣੇ ਵੱਲੋਂ ਬੀਬੀ ਦੇ ਨਾਮ ਤੇ ਜਾਲੀ ਐਪਲੀਕੇਸ਼ਨ ਲਿਖ ਕੇ ਜਾਲੀ ਸਾਈਨ ਕਰਕੇ ਬੀਬੀ ਜੀ ਤੇ ਉਹਨਾਂ ਨੇ ਤੇ ਇਲੈਕਸ਼ਨ ਵਾਪਸ ਕਰਨ ਦੀ ਆਪਣੀ ਫਾਈਲ ਵਾਪਸ ਕਰਨ ਦੀ ਉੱਥੇ ਉਹਨਾਂ ਸਾਜਿਸ਼ ਕੀਤੀ ਸੀ। ਜਿੱਥੇ ਅਸੀਂ ਮੌਕੇ ਤੇ ਪਹੁੰਚ ਗਏ ਹਾਂ ਤਾਂ ਉਹਦੇ ਆਰਓ ਸਾਹਿਬ ਨੂੰ ਜਾਂ ਕਮਿਸ਼ਨ ਸਾਹਿਬ ਨੂੰ ਸਿੱਧਾ ਕਿਹਾ ਕਿ ਅਸੀਂ ਇਲੈਕਸ਼ਨ ਵਾਪਸ ਨਹੀਂ, ਅਸੀਂ ਇਲੈਕਸ਼ਨ ਲੜਨੀ ਹੈ ਜੀ। ਸਾਈਨ ਫਿਰ ਇਹ ਤਾਂ ਮੰਦਰ ਸਾਹਿਬ ਨੇ ਆਪਣੇ ਸਾਈਨ ਕੀਤੇ ਇੱਕ ਜਗ੍ਹਾ ਤੇ, ਇੱਕ ਜਗ੍ਹਾ ਤੁਹਾਡਾ ਨਾਮ ਵੀ ਲਿਖਿਆ, ਇਹ ਤੁਸੀਂ ਕਿੱਥੇ? ਉਹ ਮੇਰੇ ਸਿਆਨ ਨਹੀਂ ਹੈਗੇ, ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੇ ਐਪਲੀਕੇਸ਼ਨ, ਇਹ ਤਾਂ ਅਸੀਂ ਉੱਥੇ ਟੇਬਲ ਤੇ ਐਪਲੀਕੇਸ਼ਨ ਪਈ ਸੀ ਉੱਥੇ ਚੱਕੀ ਹੈ। ਸ਼ਿਕਾਇਤ ਦਓਗੇ ਹੁਣ ਜਾ ਕੇ? ਹਾਂਜੀ, ਅਸੀਂ ਸ਼ਿਕਾਇਤ ਕਰਾਂਗੇ, ਪਰਚਾ ਕਰਾਂਗੇ ਅਸੀਂ ਉਹਨੂੰ। ਪਾਰਟੀ ਕਹਿੰਦੀ ਸੀ ਪੈਸੇ ਲਾਵਾਂਗੇ ਤੇ ਹੁਣ ਪਾਰਟੀ ਨੇ ਪੈਸੇ ਨਹੀਂ ਲਾਣੇ, ਫਿਰ ਕਿੱਦਾਂ ਚੱਲੂ ਕੰਮ? ਸਾਰੇ ਸਾਡੀ ਹੈਲਪ ਕਰਨ, ਅਸੀਂ ਇਲੈਕਸ਼ਨ ਲੜਾਂਗੇ। ਇਸ ਸਾਰੇ ਵਿਵਾਦ ਦੇ ਵਿਚਾਲੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੀ ਵੀ ਐਂਟਰੀ ਹੋਈ। ਸੁਰਜੀਤ ਕੌਰ ਨੇ ਕਿਹਾ ਕਿ ਉਹ ਚੋਣ ਤਾਂ ਲੜਨਾ ਚਾਹੁੰਦੇ ਨੇ ਪਰ ਖਰਚ ਕਰਨ ਲਈ ਇੱਕ ਰੁਪਇਆ ਵੀ ਨਹੀਂ ਹੈ, ਜਿਸ ਦੇ ਲਈ ਉਹਨਾਂ ਹੁਣ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਤੋਂ ਸਾਥ ਮੰਗਿਆ ਹੈ ਤਾਂ ਜੋ ਉਹ ਚੋਣ ਲੜ ਸਕਣ। ਇਹੀ ਇਹਨਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਮਾਤਾ ਪਿਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ
ਤੇ ਖਾਲਸਾ ਜਿਹੜੇ ਆਪਣੇ ਸਰਬਜੀਤ ਸਿੰਘ ਖਾਲਸਾ ਜੀ ਉਹ ਸਾਰੇ ਆ ਕੇ ਇੱਥੇ ਮਦਦ ਕਰਨ ਤਾਂ ਜੋ ਅਸੀਂ ਇਲੈਕਸ਼ਨ ਨੂੰ ਜਿੱਤ ਸਕੀਏ। ਹਾਂਜੀ ਹਾਂਜੀ ਸਿਮਰਜੀਤ ਮਾਨ ਨੂੰ ਵੀ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਸੁਰਜੀਤ ਕੌਰ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੇ ਧਰਮ ਪਤਨੀ ਨੇ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਨੋਮੀਨੇਸ਼ਨ ਦਾਖਲ ਕੀਤਾ ਤੇ ਉਸ ਸਮੇਂ ਇਹਨਾਂ ਦੇ ਨਾਲ ਬੀਬੀ ਜਾਗੀਰ ਕੌਰ ਸਮੇਤ ਅਕਾਲੀ ਦਲ ਦੇ ਕਈ ਆਗੂ ਵੀ ਮੌਜੂਦ ਸਨ। ਪਰ ਉਸ ਤੋਂ ਬਾਅਦ ਸਿਆਸੀ ਮਾਹੌਲ ਬਦਲਿਆ ਤੇ ਅਕਾਲੀ ਦਲ ਨੇ ਸੁਰਜੀਤ ਕੌਰ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਬਾਗੀ ਧੜੇ ਨੇ ਇੱਕ ਹੋਰ ਦਾਅਵਾ ਕੀਤਾ ਕਿ ਉਹਨਾਂ 'ਚੋਂ ਕਿਸੇ ਨੇ ਵੀ ਪਾਰਟੀ ਪ੍ਰਧਾਨ ਨਹੀਂ ਬਣਨਾ ਤੇ ਜੋ ਪ੍ਰਧਾਨ ਹੋਵੇ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਾ ਚਾਹੀਦਾ। ਜਿਸ 'ਤੇ ਅਕਾਲੀ ਦਲ ਨੇ ਕਿਹਾ ਕਿ ਬਾਗੀ ਗੁੱਟ 'ਚੋਂ ਸਾਰੇ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ ਤੇ ਨਿਸ਼ਕਾਮ ਸੇਵਾ ਇਹਨਾਂ 'ਚੋਂ ਕੋਈ ਵੀ ਨਹੀਂ ਕਰਨਾ ਚਾਹੁੰਦਾ। ਇਹ ਵੀ ਇੱਕ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ ਕੋਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਰਹੀਆਂ ਨੇ, ਜੋ ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ ਰਹੀ ਆ, ਔਰ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਾ ਸੁਮੇਲ ਰੱਖਣ ਵਾਲੀ ਕੋਈ ਨਿਰਪੱਖ ਸ਼ਖਸੀਅਤ ਜਿਹੜੀ ਆ ਉਹਦੇ ਹਵਾਲੇ ਅਗਵਾਈ ਕੀਤੀ ਜਾਵੇ। ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ। ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ। ਜੇ ਕੋਈ ਇੱਛਾ ਹੀ ਨਹੀਂ ਸੀ ਤੁਹਾਡੀ ਪ੍ਰਧਾਨ ਬਣਦੀ ਜਾਂ ਕੋਈ ਹੋਰ ਬਣਦੀ ਤੇ ਫਿਰ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਕਿ ਤੁਸੀਂ ਇੰਨਾ ਕਸ਼ਟ ਜਿਹੜਾ ਉਹ ਇੰਨੇ ਦਿਨਾਂ ਦੇ ਵਿੱਚੋਂ ਜਿਹੜਾ ਉਹ ਕਰ ਰਹੇ ਹੋ। ਅਸਲੀਅਤ ਹੈ ਕਿ ਪ੍ਰਧਾਨ ਤਾਂ ਸਾਰੇ ਬਣਨਾ ਚਾਹੁੰਦੇ, ਰੌਲਾ ਤਾਂ ਪ੍ਰਧਾਨਗੀ ਤੇ ਹੁੰਦਾ। ਇਸੇ ਕਰਕੇ ਹੀ ਬਿਨਾਂ ਕਿਸੇ ਆਧਾਰ ਤੋਂ ਅਸਤੀਫੇ ਵੀ ਮੰਗੇ ਜਾਂਦੇ ਆ। ਲੇਕਿਨ ਜਦੋਂ ਚੱਲਦਾ ਹੀ ਕੋਈ ਇੱਕ ਦੂਜੇ ਨੂੰ ਨਹੀਂ ਆ ਤੇ ਫਿਰ ਦਿੱਕਤ ਆਉਂਦੀ ਹੈ। ਤੇ ਇਹ ਕਹਿੰਦੇ ਕਿ ਅਸੀਂ ਜੀ ਇੰਨੇ ਬੰਦੇ ਬੈਠੇ ਆ ਤੇ ਪ੍ਰਧਾਨ ਸਾਡਾ ਕਿਹੜਾ ਹੋਏਗਾ, ਇਹ ਅਪਲਾਈਡ ਫਾਰ ਆ। ਉਹ ਹੁਣ ਦਿੱਲੀਓ ਆਉਣਾ, ਕਿਹੜਾ ਕਦੀ ਲਾਟਰੀ ਕੱਢਦੇ ਆ ਕਦੀ ਨਹੀਂ ਕੱਢਦੇ। ਪਰ ਇਸ ਤਰੀਕੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਨੁਕਸਾਨ ਕਰਨ ਦੀ ਕੋਸ਼ਿਸ਼ ਹੋ ਸਕਦੀ ਆ, ਇਹਦੇ ਨਾਲ ਪੰਜਾਬ ਦਾ ਜਾਂ ਦੇਸ਼ ਦਾ ਕੀ ਭਲਾ ਹੋ ਸਕਦਾ। ਤਾਂ ਕਾਫੀ ਇਲਜ਼ਾਮ ਤਰਾਸ਼ੀਆਂ ਅੱਜ ਬਾਗੀ ਧੜੇ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਕੀਤੀਆਂ ਗਈਆਂ। ਬਾਗੀ ਧੜੇ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਲਾਏ ਕਿ ਪ੍ਰਧਾਨ ਨੇ ਪਾਰਟੀ ਨੂੰ ਦੱਸੇ ਬਿਨਾਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਗੱਠਜੋੜ ਲਈ ਤਰਲੇ ਕੱਢੇ। ਜਦਕਿ ਅਕਾਲੀ ਦਲ ਨੇ ਕਿਹਾ ਕਿ ਪੀਐਮ ਨੇ ਵੱਡੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਪ੍ਰਤੀ ਜੋ ਸਤਿਕਾਰ ਦਿਖਾਇਆ ਸੀ ਉਸਦਾ ਧੰਨਵਾਦ ਕਰਨ ਲਈ ਸੁਖਬੀਰ ਬਾਦਲ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਹੁਣੇ ਹੁਣ ਲੋਕ ਸਭਾ ਦੀ ਚੋਣ ਤੋਂ ਕੁਛ ਦਿਨ ਪਹਿਲਾਂ ਪਾਰਟੀ ਨੂੰ ਬਿਨਾਂ ਧਿਆਨ ਵਿੱਚ ਲਿਆਂਦਿਆਂ ਪਾਰਟੀ ਦੇ ਬਿਨਾਂ ਨੋਟਿਸ ਵਿੱਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਇਕੱਲੇ ਜਾ ਕੇ ਬਿਨਾਂ ਕਿਸੇ ਹੋਰ ਸੀਨੀਅਰ ਸਾਥੀ ਨੂੰ ਲਿਜਾਏ ਬਿਨਾਂ ਤਰਲੇ ਮਿੰਨਤਾਂ ਕੀਤੀਆਂ ਸੀਟਾਂ ਦੀ ਵੰਡ ਲਈ। ਇਹ ਵੱਖਰੀ ਗੱਲ ਆ, ਉਹਨਾਂ ਨੇ ਮਰਜ਼ੀ ਮੁਤਾਬਕ ਸੀਟਾਂ ਨਾ ਦਿੱਤੀਆਂ ਤੇ ਹੁਣ ਪੋਚਾ ਪੋਚੀ ਕੀਤੀ ਜਾ ਰਹੀ ਆ। ਕਿਉਂਕਿ ਜਦੋਂ ਬਾਦਲ ਸਾਹਿਬ ਛੋਟਾ ਦੇ ਗਏ ਸੀ ਸਾਡੇ ਬੀਜੇਪੀ ਨਾਲ ਬਹੁਤ ਮਤਭੇਦ ਸੀ, ਪਰ ਉਸ ਵੇਲੇ ਪ੍ਰਧਾਨ ਮੰਤਰੀ ਜੀ ਇਸੇ ਪਾਰਟੀ ਦਫ਼ਤਰ ਦੇ ਵਿਚ ਬਾਦਲ ਸਾਹਿਬ ਨੂੰ ਅੰਤਿਮ ਦਰਸ਼ਨਾਂ ਵਾਸਤੇ ਸਾਰਾ ਪ੍ਰੋਟੋਕਾਲ ਛੱਡ ਕੇ ਆਏ ਸੀ।
ਉਦਨ ਸਾਰੇ ਸੀਨੀਅਰ ਸਾਥੀਆਂ ਨੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਚਲੋ ਭਾਵੇਂ ਸਾਡੇ ਸੰਬੰਧ ਪਾਰਟੀਆਂ ਦੇ ਆਪੋ ਚ ਠੀਕ ਨਹੀਂ ਸੀ, ਪਰ ਬਾਦਲ ਸਾਹਿਬ ਦੇ ਸਤਿਕਾਰ ਦੇ ਤੌਰ ਦੇ ਉੱਤੇ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹ ਬਹੁਤ ਅੱਛਾ ਕੀਤਾ। ਹੁਣ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਜਿਸ ਤਰ੍ਹਾਂ ਤੁਸੀਂ ਪਾਰਲੀਮੈਂਟ ਜਾਓ ਸਮਾਂ ਕੱਢ ਕੇ ਤੇ ਉਹਨਾਂ ਦਾ ਧੰਨਵਾਦ ਪਰਿਵਾਰ ਵੱਲੋਂ ਜ਼ਰੂਰ ਕਰ ਦਿਓ, ਇਹ ਸ਼ਿਸ਼ਟਾਚਾਰ ਹੈ, ਇਹ ਬਹੁਤ ਜ਼ਰੂਰੀ ਹੈ। ਹੁਣ ਇੱਕ ਬੇਟਾ ਆਪਣੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੀ ਉਹ ਅਸਤੀਫਾ ਦੇ ਕੇ ਜਾਂਦੇ ਪ੍ਰਧਾਨ ਦੇ ਉੱਤੋਂ ਵੀ ਮੈਂ ਪ੍ਰਧਾਨ ਮੰਤਰੀ ਕੋਲ ਜਾਣਾ ਤੇ ਕੀ ਹੈ ਅਸਤੀਫਾ ਦੇ ਕੇ ਜਾਂਦੇ। ਤੇ ਬਾਗੀ ਧੜੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਲਈ 1 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਾਂਗੇ, ਔਰ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਵੱਲੋਂ ਜੋ ਮਾਫ਼ੀ ਮੰਗੀ ਗਈ ਉਹ ਵਿਧੀ ਵਿਧਾਨ ਮੁਤਾਬਕ ਨਹੀਂ ਸੀ, ਜਦਕਿ ਅਕਾਲੀ ਦਲ ਦਾ ਇਹ ਤਰਕ ਸੀ ਕਿ ਸੁਖਬੀਰ ਬਾਦਲ ਪਹਿਲਾਂ ਹੀ ਮਾਫ਼ੀ ਮੰਗ ਚੁੱਕੇ। ਜਿਹੜੀ ਤਖ਼ਤ ਦੇ ਆਪੇ ਮੰਗ ਲਈ ਆਪੇ ਦੇ ਦੇ, ਤਖ਼ਤ ਦੇ ਉੱਤੇ ਬੇਨਤੀ ਕਰਨੀ ਹੁੰਦੀ ਹੈ ਉਹ ਤਖ਼ਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ ਉਹਨਾਂ ਦੇ ਕੋਲ ਫਰਿਆਦ ਕਰਨੀ। ਦੂਜੀ ਜਿਹੜੀ ਗੱਲ ਹੈਗੀ ਹੈ, ਇੱਕ ਭੋ ਲੱਥਾ ਨਾਤਿਆ ਦੋ ਭੋ ਚੜ ਗਏ ਹੋਰ, ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਘਾਣ ਕੀਤਾ, ਵਿਧੀ ਵਿਧਾਨ ਵਿੱਚ ਵੀ ਦਖਲ ਅੰਦਾਜ਼ੀ ਕੀਤੀ। ਜੇ ਇਸ ਤਰ੍ਹਾਂ ਦੀਆਂ ਮਾਫ਼ੀਆਂ ਮੰਗਣੀਆਂ ਹੋਣ ਫਿਰ ਤਾਂ ਸਾਰੇ ਜਾ ਕੇ ਜਿੱਥੇ ਮਰਜ਼ੀ ਮੰਗ ਲੈ, ਉੱਥੇ ਤਾਂ ਰੋਜ਼ ਦਾ 200 ਅਖੰਡ ਪਾਠ ਦਾ ਭੋਗ ਪੈਂਦਾ, ਫਿਰ ਸਾਰੇ ਜਿਸ ਕਮਰੇ ਚ ਜਾਣਗੇ ਉੱਥੇ ਮਾਫ਼ੀ ਮੰਗ ਲੈਣਗੇ, ਕਰਨਗੇ ਉੱਥੇ ਜਾ ਕੇ ਮਾਫ਼ੀ ਮੰਗ ਲਿਆ ਕਰਨਗੇ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਕਿਸੇ ਨੇ ਕੋਈ ਸ਼ਿਕਾਇਤ ਨਹੀਂ, ਕਿਸੇ ਨੇ ਕੋਈ ਸਮਨ ਨਹੀਂ ਕੀਤਾ, ਇਹ ਤਾਂ ਆਪਣੇ ਮਨ ਦੀ ਅਵਸਥਾ ਸੀ ਕਿ ਤੁਸੀਂ ਪਾਠ ਕਰਵਾ ਰਹੇ ਹੋ ਸੰਗਤ ਚ ਬੋਲਦਿਆਂ ਤੁਹਾਨੂੰ ਮਨ ਚ ਆਉਂਦਾ ਕਿ ਮੇਰੇ ਕੋਲ ਕੋਈ ਗਲਤੀ ਹੋਈ ਹੈ ਤੇ ਮੈਨੂੰ ਬੋਲ ਕੇ ਮਾਫ਼ੀ ਮੰਗ ਲੈਣੀ ਚਾਹੀਦੀ, ਤੁਸੀਂ ਮਾਫ਼ੀ ਮੰਗਣੀ। ਇਸ ਕਰਕੇ ਮੈਂ ਬੜਾ ਸਪਸ਼ਟ ਹਾਂ ਕਿ ਜੇ ਕਿਸੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕੋਈ ਲਿਖ ਕੇ ਦੇਣਾ ਦੇਵੇ, ਉਹਦੇ ਤੇ ਕਿਸੇ ਨੂੰ ਕੋਈ ਰੋਕ ਨਹੀਂ। ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਿਤੇ ਵੀ ਸਾਨੂੰ ਜਿਹੜਾ ਕਾ ਹੱਥ ਵੀ ਸੁਨੇਹਾ ਭੇਜ ਦੇਣਗੇ ਤੇ ਅਸੀਂ ਨੰਗੇ ਪੈਰੀ ਜਾ ਕੇ ਉੱਥੇ ਨਤਮਸਤਕ ਹੋ ਕੇ ਹਾਜ਼ਰ ਹੋ ਜਾਣਾ, ਕੋਈ ਝੋੜੇ ਝਗੜੇ ਕਰਦਾ ਇਸ ਗੱਲ ਦਾ। ਤੇ ਹੁਣ ਜ਼ਿਕਰ ਦੁਆਬੇ ਦੇ ਦੰਗਲ ਦਾ, ਯਾਨੀ ਜਲੰਧਰ ਪੱਛਮੀ ਦੀ ਜ਼ਿਮਣੀ ਚੋਣ ਦਾ। ਇਸ ਜ਼ਿਮਣੀ ਚੋਣ ਦੇ ਵਿੱਚ ਵੀ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਨੇ ਹੁਣ ਸ਼ੀਤਲ ਅੰਗੁਰਾਲ ਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਕਿਹਾ ਕਿ ਸ਼ੀਤਲ ਅੰਗੁਰਾਲ ਕਈ ਅਪਰਾਧਿਕ ਕੰਮਾਂ ਦੇ ਵਿੱਚ ਸ਼ਾਮਿਲ ਰਿਹਾ, ਔਰ ਅੰਗੁਰਾਲ ਦੱਸੇ ਕਿ ਉਹਨਾਂ ਨੇ ਹਲਕੇ ਦੇ ਲਈ ਕੀ ਕੰਮ ਕਰਵਾਏ। ਜਲੰਧਰ ਪੱਛਮੀ ਤੋਂ ਹੁਣ ਬੀਜੇਪੀ ਨੇ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਹਿਲਾਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ, ਬੀਜੇਪੀ 'ਚ ਸ਼ਾਮਿਲ ਹੋਏ, ਅਸਤੀਫਾ ਦਿੱਤਾ ਅਤੇ ਹੁਣ ਬੀਜੇਪੀ ਨੇ ਅੰਗੁਰਾਲ ਨੂੰ ਕੈਂਡੀਡੇਟ ਬਣਾਇਆ। ਇਹ ਵੀ ਇੱਕ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਅਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤਲ ਅੰਗਰਾਲ ਦੀ ਪਿਛਲੇ 2.25 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ, ਉਹਨਾਂ ਦਾ ਜਿਹੜਾ ਪੋਲੀਟੀਕਲ ਪਾਸਟ ਹੈ, ਕ੍ਰਿਮੀਨਲ ਪਾਸਟ ਹੈ, ਉਹਨਾਂ ਨੂੰ ਛੱਡ ਦਈਏ, ਪਰ ਇਹਨਾਂ 2 ਸਾਲਾਂ ਦੇ ਵਿੱਚ ਕੀ ਇਹ ਸ਼ੀਤਲ ਅੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਨਲੀਗਲ ਐਕਟੀਵਿਟੀਆਂ, ਦੜੇ ਸੱਟੇ, ਲੋਟਰੀਆਂ, ਜਿੰਨੇ ਜਹਾਨ ਭਰ ਦੇ ਗੰਦੇ ਮਾੜੇ ਕ੍ਰਿਮੀਨਲ ਕੰਮ ਨੇ, ਉਹਨਾਂ ਦੇ ਵਿੱਚ ਸ਼ੀਤਲ ਅੰਗਰਾਲ ਦਾ ਨਾਮ ਬੋਲਦਾ। ਸ਼ੀਤਲ ਅੰਗਰਾਲ ਜੀ, ਤੁਹਾਨੂੰ ਆਪਦੇ 2.25 ਲੱਖ ਵੋਟਰਾਂ ਦੇ ਦਰਵਾਜ਼ੇ 'ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਇਓ ਉਹਨਾਂ ਤੱਕ। ਮੇਰਾ ਚੌਥਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ
ਤਕਰੀਬਨ 2.25 ਸਾਲ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ। ਸਮੁੱਚੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਹੋ ਰਹੇ ਨੇ, ਔਰ ਖਾਸ ਤੌਰ 'ਤੇ ਕਾਰਪੋਰੇਸ਼ਨ ਦੇ ਵਿੱਚ ਉਚੇਚੇ ਤੌਰ 'ਤੇ ਜਲੰਧਰ ਦੀ ਗੱਲ ਕਰ ਲਈਏ ਅਤੇ ਚਾਹੇ ਪੰਜਾਬ ਸਰਕਾਰ ਵੱਲੋਂ ਲਗਾ ਲਈਏ ਚਾਹੇ ਕਾਰਪੋਰੇਸ਼ਨ ਵੱਲੋਂ ਲਗਾ ਲਈਏ, ਸੈਂਕੜੇ ਕਰੋੜਾਂ ਦੇ ਫੰਡਸ ਨੇ ਜਿਹੜੇ ਉਹ ਆਏ ਨੇ ਜਲੰਧਰ ਦੇ ਵਿੱਚ। ਮੈਂ ਪੁੱਛਣਾ ਚਾਹੁੰਦਾ ਸ਼ੀਤਲ ਲੰਗਰਾਲ ਨੂੰ ਕਿ ਪਿਛਲੇ 2 ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਡਿਵੈਲਪਮੈਂਟ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਤੋਂ ਜਾਂ ਕਾਰਪੋਰੇਸ਼ਨ ਤੋਂ ਕਰਾ ਸਕੇ ਹੁਣ, ਮੈਂ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ ਕਿ ਲੋਕ ਕੰਮ ਲਈ ਚੁਣਦੇ ਨੇ, ਚੰਮ ਲਈ ਨਹੀਂ ਚੁਣਦੇ ਹੈਗੇ ਨੁਮਾਇੰਦਾ। ਇੱਕ ਵੀ ਇਹੋ ਜਿਹਾ ਕੰਮ ਹੈ ਜਿਹੜਾ ਡਿਵੈਲਪਮੈਂਟ ਦਾ ਉਹ ਲੋਕਾਂ ਦੇ ਵਿੱਚ ਦੱਸਣ ਅੱਜ, ਤਾਂ ਹੀ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਨੇ ਜਿਹੜੇ। ਤਾਂ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਵਿੱਚ ਦਾਅਵੇ ਵੀ ਕੀਤੇ ਜਾ ਰਹੇ ਨੇ ਅਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ। ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਦਾਅਵਾ ਕੀਤਾ ਹੈ ਕਿ ਜੇ ਅੰਗੁਰਾਲ ਜਿੱਤੇ ਤਾਂ ਭਗਵੰਤ ਮਾਨ ਸੀਐਮ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਡਿੱਗੇ ਜਾਂ ਨਾ ਡਿੱਗੇ ਪਰ ਭਗਵੰਤ ਮਾਨ ਸੀਐਮ ਨਹੀਂ ਰਹਿਣਗੇ ਜੇ ਉਹ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹਾਰ ਜਾਂਦੇ। ਉਹਨਾਂ ਕਿਹਾ ਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਕੇ ਸੀਐਮ ਤੋਂ ਹਿਸਾਬ ਲੈਣਗੇ 13-0 ਵਾਲਾ। ਮੈਂ ਕਹਿਣਾ ਚਾਹੁੰਦਾ ਸਰਕਾਰ ਚਾਹੇ ਡਿੱਗੇ ਚਾਹੇ ਨਾ ਡਿੱਗੇ, ਪਰ ਅਗਰ ਇੱਥੋਂ ਬੀਜੇਪੀ ਦੇ ਕੈਂਡੀਡੇਟ ਦੇ ਤੌਰ ਤੇ ਸ਼ੀਤਲ ਅੰਗਰਾਲ ਜੀ ਨੂੰ ਜਿਤਾਇਆ ਜਾਂ ਇੱਥੇ ਲੋਕ ਜਿਤਾਉਂਦੇ ਆ ਜਲੰਧਰ ਵੈਸਟ ਦੇ, ਇੱਕ ਮੈਂ ਗਰੰਟੀ ਕਰ ਸਕਦਾ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਨਹੀਂ ਰਹਿਣਗੇ, ਕਿਉਂਕਿ ਐਜ ਇਟ ਇਜ਼ ਭਗਵੰਤ ਮਾਨ ਜੀ ਨੂੰ ਜਿਸ ਦਿਨ ਕੇਜਰੀਵਾਲ ਸਾਹਿਬ ਬਾਹਰ ਆ ਗਏ ਤਿਹਾੜ ਤੋਂ, ਉਸੇ ਦਿਨ ਪਹਿਲਾ ਸਵਾਲ ਹੋਊਗਾ ਵੀ ਕੀ ਹੋਇਆ ਤੁਹਾਡੇ 13-0 ਦਾ। ਉਹ 13-0 ਦੇ ਵਿੱਚ 10 ਕਿੱਧਰ ਗਈਆਂ, ਉਹ 10 ਸੀਟਾਂ ਦੇ ਬਾਰੇ 10 ਉਹ ਪੁੱਛਣ ਵਾਸਤੇ ਇਹਨਾਂ ਦੀ ਜਵਾਬਦੇਹੀ। ਤੇ ਇਸ ਸਭ ਦੇ ਵਿੱਚ ਪ੍ਰਤਾਪ ਬਾਜਵਾ ਨੇ ਵੀ ਵੱਡਾ ਬਿਆਨ ਦਿੱਤਾ। ਉਹਨਾਂ ਨੇ ਵੀ ਕਿਹਾ ਕਿ ਸੀਐਮ ਮਾਨ ਨੂੰ 10 ਜੁਲਾਈ ਤੋਂ ਬਾਅਦ ਇੱਥੋਂ ਦੇ ਵੋਟਰ ਵਾਪਸ ਭੇਜ ਦੇਣਗੇ। ਉਹਨਾਂ ਕਿਹਾ ਕਿ ਜਲੰਧਰ ਵੈਸਟ ਤੋਂ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ, ਉਹਨਾਂ ਦੇ ਪਿਤਾ ਬੀਜੇਪੀ ਦੇ ਵਿੱਚ ਅੱਜ ਵੀ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ, ਭਗਵੰਤ ਮਾਨ ਜੀ ਦਾ ਮੰਜਾ ਪਾਵਿਆਂ ਸਮੇਤ ਜਲੰਧਰ ਵੈਸਟ ਦੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਉਣਾ 10 ਤਰੀਕ ਤੋਂ ਬਾਅਦ, ਇਹ ਮੈਨੂੰ ਪੂਰਨ ਫੇਰ। ਅਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ, ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ, ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਉਣਗੇ? ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ, ਜੇ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ, ਅਤੇ ਵੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਉਣਗੇ? ਚੂਨੀ ਲਾਲ ਜੀ ਭਾਜਪਾ 'ਚ ਨੇ, ਮੁੰਡਾ ਉਹਨਾਂ ਦਾ ਆਪ ਦੇ ਵਿੱਚ, ਸਾਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ।